ਦੇਖੋ এবੀਪੀ ਸੰਜਾ ਡਾਟਾਸਕਾਈ ਚੈਨਲ ਨੰਬਰ 19298 ਇਸ ਵਕਤ ਦੀ ਜੇਕਰ ਗੱਲ ਕਰੀ ਜਾਵੇ ਤਾਂ 14 ਫਰਵਰੀ ਨੂੰ ਰਾਤ ਦੇ 12 ਵਜੇ ਹੋਏ ਨੇ ਔਰ ਤਸਵੀਰਾਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਇਸ ਵਕਤ ਨੂਰ ਮਹਿਲ ਦੇ ਵਿੱਚ ਖੜੇ ਹੋਏ ਹਾਂ ਤਾਂ ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋਗੇ ਦਿਬਿਆ ਜੋਤੀ ਜਾਗਰਤੀ ਸੰਸਥਾਨ ਹੈ ਜਿਹੜਾ ਨੂਰ ਮਹਿਲ ਦੇ ਵਿੱਚ ਇੱਕ ਡੇਰਾ ਬਣਿਆ ਹੋਇਆ ਹੈਗਾ ਆਸ਼ੂਤੋਸ਼ ਮਹਾਰਾਜ ਦਾ ਡੇਰਾ ਹੈਗਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਕਾਫੀ ਚਰਚਾ ਦੇ ਵਿੱਚ ਇਹ ਡੇਰਾ ਰਹਿੰਦਾ ਤਾਂ ਪੰਜਾਬ ਦਾ ਚਰਚਾ ਇਸ ਲਈ ਵੀ ਬਣ ਜਾਂਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੇ ਤਾਂ ਹਰ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਡੇਰਾਬਾਦ ਕਾਫੀ ਪ੍ਰਭਾਵਿਤ ਕਰਦਾ ਵੋਟਰਾਂ ਨੂੰ ਤਾਂ ਉਸੇ ਡੇਰੇਬਾਦ ਨੂੰ ਲੁਭਾਉਣ ਦੇ ਲਈ ਕਿਤਨਾ ਕਿਤੇ तमाम ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਇੱਕ ਜ਼ਰੀਆ ਤਿਆਰ ਕਰਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਡੇਰਾ ਸਿਰਸਾ ਮੁਖੀ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰੇ ਪੈਦਾ ਹੁੰਦਾ ਹੈ ਕਿ ਬੀਜੇਪੀ ਕਿਤਨਾ ਕਿਤੇ ਇਸ ਗੱਲ ਨੂੰ ਟਾਰਗੇਟ ਕਰ ਰਹੀ ਹੈ ਕਿ ਜਿਹੜੀਆਂ ਡੇਰਾਬਾਦ ਦੀਆਂ ਵੋਟਾਂ ਮਾਲਵੇ ਦੇ ਜਿਹੜਾ ਏਰੀਆ ਦੇ ਵਿੱਚ ਡੇਰਾ ਸਿਰਸਾ ਦਾ ਪ੍ਰਭਾਵ ਹੈ ਉਹਨਾਂ ਵੋਟਾਂ ਨੂੰ ਕਿਤਨਾ ਕਿਤੇ ਲਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਸਿੱਖ ਸੰਸਥਾਵਾਂ ਦੇ ਨਾਲ ਵੀ ਮੁਲਾਕਾਤ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਕਿਤਨਾ ਕਿਤੇ ਕਿਹਾ ਜਾਂਦਾ ਹੈ ਕਿ ਡੇਰਾਵਾਦ ਨੂੰ ਲੈ ਕੇ ਜਿਹੜਾ ਵਿਵਾਦ ਪੈਦਾ ਹੋਇਆ ਉਸ ਫੈਕਟਰ ਨੂੰ ਕੰਟਰੋਲ ਕਰਨ ਲਈ ਡੈਮੇਜ ਕੰਟਰੋਲ ਕਰਨ ਦੇ ਲਈ ਉਹ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਕੱਲ ਇੱਕ ਹੋਰ ਤਸਵੀਰ ਸਾਹਮਣੇ ਆਉਂਦੀ ਹੈ ਜਦੋਂ ਡੇਰਾ ਵਿਆਸ ਦੇ ਮੁਖੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਤਸਵੀਰ ਸ਼ੇਅਰ ਕਰਦੇ ਨੇ ਤਾਂ ਉਸ ਤਸਵੀਰ ਤੋਂ ਕਿਤੇ ਨਾ ਕਿਤੇ ਇਸ਼ਾਰਾ ਇਸ ਚੀਜ਼ ਦਾ ਕੀਤਾ ਜਾਂਦਾ ਹੈ ਕਿ ਹੁਣ ਜਿਹੜਾ ਡੇਰਾ ਬਿਆਸ ਹੈ ਉਹ ਭਾਜਪੀ ਦਾ ਸਾਥ ਦੇਗਾ ਉੱਥੇ ਜਦੋਂ ਅੱਜ ਦਾ ਜ਼ਿਕਰ ਕੀਤਾ ਜਾਂਦਾ ਤਾਂ ਅੱਜ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਇਸ ਵਕਤ 14 ਫਰਵਰੀ ਦੀ ਰਾਤ ਨੂੰ 12 ਵਜੇ ਦਾ ਸਮਾਂ ਹੋਇਆਗਾ ਤਾਂ ਜਿਹੜਾ ਨੂਰ ਮੈਲ ਦੇ ਵਿੱਚ ਡੇਰਾ ਬਣਿਆ ਹੋਇਆਗਾ ਉਸ ਡੇਰੇ ਦੇ ਵਿੱਚ ਉਹ ਵੀ ਮੁਲਾਕਾਤ ਕਰਨ ਦੇ ਲਈ ਆਏ ਨੇ ਜਿਹੜੇ ਇਸ ਡੇਰੇ ਨੂੰ ਚਲਾਉਂਦੇ ਨੇ ਜਿਹੜੇ ਇਸ ਡੇਰੇ ਦੇ ਸੇਵਾਦਾਰ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਚਰਨਜੀਤ ਸਿੰਘ ਚੰਨੀ ਆ Ini okay. sebab ਗੱਲਬਾਤ ਕੀਤੀ ਜਾਵੇ ਤਾਂ ਇਸ ਏਰੀਏ ਦੇ ਵਿੱਚ ਇਸ ਡੇਰੇ ਦਾ ਇੱਕ ਚੰਗਾ ਪ੍ਰਭਾਵ ਹੈ ਤਾਂ ਅਜੇਹ ਦੇ ਵਿੱਚ ਚਾ ਰਣਜੀਤ ਚੰਨੀ ਦਾ ਨਿਸ਼ਾਨਾ ਵੀ ਹੋਏਗਾ ਕਿ ਪੰਜਾਬ ਦੇ ਜਿੱਥੇ-ਜਿੱਥੇ ਏਰੀਏ ਦੇ ਵਿੱਚ ਇਸ ਡੇਰੇ ਦਾ ਪ੍ਰਭਾਵ ਹੈ ਉਹਨਾਂ ਵੋਟਰਾਂ ਨੂੰ ਕਿਤਨਾ ਕਿਤੇ ਆਪਣੇ ਪੱਖ ਚ ਲਿਆਂਦਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਕਾਫੀ ਜਿਆਦਾ ਡੇਰੇ ਆ ਚਾਹੇ ਅਸੀਂ ਨਕੂਦਰ ਦੀ ਗੱਲ ਕਰ ਲਈਏ ਚਾਹੇ ਅਸੀਂ ਨੂਰਮੈਲ ਦੀ ਗੱਲ ਕਰ ਲਈਏ ਡੇਰਾ ਸਿਰਸਾ ਜਿਹੜਾ ਹਰਿਆਣਾ ਦੇ ਵਿੱਚ ਪੈਂਦਾ ਹੈਗਾ ਉਸ ਦਾ ਜ਼ਿਕਰ ਕੀਤਾ ਜਾਵੇ ਡੇਰਾ ਬਿਆਸ ਦਾ ਜ਼ਿਕਰ ਕੀਤਾ ਜਾਵੇ ਤਮਾਮ ਇਹਨਾਂ ਡੇਰਿਆਂ ਦੇ ਸਿਆਸਤ ਆਸ-ਪਾਸ ਘੁੰਮਦੀ ਹੈ ਔਰ ਇਹ ਡੇਰੇ ਪੰਜਾਬ ਦੀ ਸਿਆਸਤ ਤੇ ਵੋਟਾਂ ਦੇ ਜ਼ਰੀ ਆਪ ਛੱਡਦੇ ਜਰੂਰ ਨਜ਼ਰ ਆਉਂਦੇ ਨੇ ਔਰ ਜਿਸ ਤਰ੍ਹਾਂ ਜ਼ਿਕਰ ਮੈਂ ਕੀਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਡੇਰਾ ਸਿਰਸਾ ਮੁਖੀ ਨੂੰ ਜਮਾਨਤ ਦਿੱਤੀ ਜਾਂਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਮਾਲਵਾ ਏਰੀਆ ਦੇ ਵਿੱਚ ਭਾਜਪੀ ਨੂੰ ਫਾਇਦਾ ਪਹੁੰਚਾਉਣ ਦਾ ਜ਼ਿਕਰ ਕੀਤਾ ਜਾਂਦਾ ਕਿਉਂਕਿ ਮਾਨਸਾ ਸੰਗਰੂਰ ਬਰਨਾਲਾ ਬਠਿੰਡਾ ਏਰੀਆ ਜਾਂ ਫਰੀਦਕੋਟ ਏਰੀਆ ਦੇਖ ਲਈਏ ਮੁਕਸਰ ਦੇਖ ਲਈਏ ਉਸ ਏਰੀਆ ਦੇ ਵਿੱਚ ਡੇਰਾ ਸਿਰਸਾ ਦਾ ਚੰਗਾ ਪ੍ਰਭਾਵ ਹੈ ਉੱਥੇ ਹੀ ਡੇਰਾ ਵਿਆਸ ਦਾ ਜਦੋਂ ਜ਼ਿਕਰ ਕੀਤਾ ਜਾਂਦਾ ਤਾਂ ਵਿਆਸ ਜਿਹੜਾ ਮਾਝੇ ਦਾ ਏਰੀਆ ਹੈਗਾ ਮਾਝੇ ਦੇ ਏਰੀਆ ਦੇ ਵਿੱਚ ਗੁਰਦਾਸਪੁਰ ਪਟਾਣਕੋਟ ਅਮਰitsar ਹੁਸ਼ਿਆਰਪੁਰ ਔ ਵਿੱਚ ਡੇਰਾ ਵਿਆਸ ਦਾ ਵੀ ਇੱਕ ਚੰਗਾ ਪ੍ਰਭਾਵ ਮੰਨਿਆ ਜਾਂਦਾ ਉੱਥੇ ਹੀ ਗੱਲ ਜਦੋਂ ਨੂਰਮੈਲ ਦੀ ਕੀਤੀ ਜਾਂਦੀ ਹੈ ਤਾਂ ਨੂਰਮੈਲ ਆਸ-ਪਾਸ ਦਾ ਜਿਹੜਾ ਜਲੰਧਰ ਦਾ ਏਰੀਆ ਹੈ ਜਾਂ ਜਲੰਧਰ ਦੇ ਨਾਲ ਲੱਗਦੇ ਜਿਹੜੇ ਏਰੀਏ ਚ ਹੈ ਅਸੀਂ ਨੂੰ ਕੁਦਰ ਦਾ ਜ਼ਿਕਰ ਕਰ ਲਈਏ ਚਾਹੇ ਜਲੰਧਰ ਦੇ ਆਸ-ਪਾਸ ਦੇ ਜਿਹੜੇ ਏਰੀਏ ਆ ਉਹਨਾਂ ਏਰੀਆ ਦੇ ਵਿੱਚ ਵੀ ਇਸ ਡੇਰੇ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਤਾਂ ਚਰਨਜੀਤ ਸਿੰਘ ਚੰਨੀ ਅੱਧੀ ਰਾਤ ਨੂੰ ਮੁਲਾਕਾਤ ਕਰਨ ਦੇ ਲਈ ਇਸ ਡੇਰੇ ਦੇ ਵਿੱਚ ਪਹੁੰਚੇ ਨੇ ਔਰ ਤਸਵੀਰ ਤੁਹਾਨੂੰ ਉਸ ਪਾਸੇ ਦੀ ਦਿਖਾ ਦਿੰਦੇ ਆ ਜਿਹੜਾ ਡੇਰੇ ਦਾ ਮੁੱਖ ਗੇਟ ਹੈਗਾ ਉਸ ਜਗ੍ਹਾ ਤੋਂ ਚਰਨਜੀਤ ਸਿੰਘ ਚੰਨੀ ਅੰਦਰ ਦਾਖਲ ਹੋ ਚੁ ਜਿਹੜੀ ਮੁਲਾਕਾਤ ਹੈਗੀ ਉਹ ਅੱਜ ਡੇਰੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਮੁਲਾਕਾਤ ਹੈਗੀ ਉਹ ਕੀਤੀ ਜਾ ਰਹੀ ਹੈਗੀ ਡੇਰੇ ਦੇ ਜਿਹੜੇ ਸੇਵਾਦਾਰ ਨੇ ਜਾਂ ਜਿਹੜੇ ਡੇਰੇ ਦੇ ਵਿੱਚ ਇਸ ਵਕਤ ਸੇਵਾ ਨਿਭਾ ਰਹੇ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਔਰ ਕਿਤਨਾ ਕਿਤੇ ਪੂਰੇ ਪੰਜਾਬ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ ਤਾਂ तमाम ਰਾਜਨੀਤਿਕ ਪਾਰਟੀਆਂ ਦੇ ਨਮਾਇੰਦੇ ਤਾਂ ਉਹਨਾਂ ਦੇ ਵਿੱਚੋਂ ਹੀ ਚਰਨਜੀਤ ਸਿੰਘ ਚੰਨੀ ਡੇਰਾ ਬੱਲਾ ਦਾ ਵੀ ਇੱਕ ਵੱਡਾ ਪ੍ਰਭਾਵ ਜਲੰਧਰੀ ਏਰੀਏ ਦੇ ਵਿੱਚ ਦੇਖਿਆ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਚਰਨਜੀਤ ਸਿੰਘ ਚੰਨੀ ਡੇਰਾ ਬੱਲਾ ਵੀ ਜਾਂਦੇ ਨੇ ਜਿਸ ਏਰੀਏ ਦੇ ਵਿੱਚ ਜਾ ਕੇ ਡੇਰਾ ਬੱਲਾ ਰਾਤ ਰਹਿੰਦੇ ਨੇ ਉੱਥੇ ਹੀ ਰਾਤ ਪੂਰੀ ਰਾਤ ਰੁਕਦੇ ਨੇ ਤਾਂ ਡੇਰਾ ਬੱਲਾ ਦਾ ਵੀ ਇੱਕ ਵੱਡਾ ਪ੍ਰਭਾਵ ਹੈ ਪੰਜਾਬ ਦੇ ਵਿੱਚ ਡੇਰਿਆਂ ਦੀ ਜਿਹੜੀ ਚੀਜ਼ ਦਾ ਜ਼ਿਕਰ ਕਰ ਰਿਹਾ ਸੀ ਕਿ तमाम سیاست ਦਾ ਜਿਹੜਾ ਜ਼ਿਕਰ ਹੋ ਰਿਹਾ ਸੀ ਤਾਂ ਉਹਨਾਂ ਦੇ ਵਿੱਚੋਂ ਹੀ ਇੱਕ ਡੇਰਾ ਇਹ ਡੇਰਾ ਨੂਰ ਮੈਲ ਦਾ ਡੇਰਾ ਜਾਂ ਨੂਰ ਮੈਲੀਆਂ ਦਾ ਡੇਰਾ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਪਰ ਦੇਖਣਾ ਹੋਏਗਾ ਕਿ 20 ਫਰਵਰੀ ਨੂੰ ਲੋਕ ਕਿਸ ਪਾਸੇ ਵੋਟਾਂ ਪਾਉਂਦੇ ਨੇ ਔਰ 10 ਮਾਰਚ ਨੂੰ ਕੀ ਨਤੀਜੇ ਆਉਂਦੇ ਨੇ ਇਹ ਫਿਲਹਾਲ ਸਮਾਂ ਦੱਸੇਗਾ ਕੈਮਰਾਮੈਨ ਲਾਲਤਾ ਦੇ ਨਾਲ ਰੋਹਿਤ ਪੱਕਾ এবੀਪੀ ਸੰਝਾ